ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਖੇਤੀਬਾੜੀ ਦੇ ਵਿਸ਼ਿਆਂ ਤੇ ਤੁਹਾਡੇ ਨਾਲ ਆ ਕਾਫੀ ਚਿਰ ਤੋਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਜੀ ਵੀਡੀਓਜ਼ ਦੇ ਵਿੱਚ WhatsApp ਦੇ ਉੱਤੇ ਜਾਂ ਫੋਨ ਕਾਲਸ ਰਾਹੀਂ ਇੱਕ ਬੜੀ ਕਾਮਨ ਜੀ ਸਮੱਸਿਆ ਸ਼ੇਅਰ ਕੀਤੀ ਜਾ ਰਹੀ ਹੈ ਜੀ ਮੇਰੇ ਨਾਲ ਕਿਸਾਨਾਂ ਵੱਲੋਂ ਜੱਟ ਭਰਾਵਾਂ ਵੱਲੋਂ ਅੱਜ ਕੱਲ ਸਾਡਾ ਜਿਹੜਾ ਸਮਾਂ ਚੱਲਦਾ ਪਿਆ ਉਹ ਖਾਦ ਪਾਉਣ ਦਾ ਤੇ ਨਦੀਨ ਕੱਢਣ ਦਾ ਚੱਲਦਾ ਪਿਆ ਜੀ ਬਹੁਤ ਜ਼ਿਆਦਾ ਭਰਾਵਾਂ ਨੇ ਮੈਨੂੰ WhatsApp ਦੇ ਉੱਤੇ ਆਪਣੇ ਖੇਤ ਦੀਆਂ ਇਮੇਜਸ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਇੱਕ ਨਦੀਨ ਦਾ ਜ਼ਿਕਰ ਕੀਤਾ ਜਿਹਨੂੰ ਆਪਾਂ ਬੂਈ ਜਾਂ ਝੋਨੇ ਦੀ ਗੁਈਂ ਦਾ ਨਾਮ ਦਿੰਨੇ ਆ ਜੀ ਆਹ ਹੈ ਜੀ ਉਹ ਨਦੀਨ ਜਿਹਦਾ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਹੈ ਪਰੇਸ਼ਾਨੀ ਕਿਉਂ ਜੀ ਸਾਨੂੰ ਇਸ ਨਦੀਨ ਤੋਂ ਕਿਉਂਕਿ ਇਸ ਨਦੀਨ ਨੂੰ ਆਮ ਜੋ ਆਪਾਂ ਬੂਟਾ ਕਲੋਰ ਜਾਂ ਜੋ ਵੀ ਆਪਾਂ ਮਚੈਰਟੀ ਕਹਿ ਲਈਏ ਜਾਂ ਫਾਸਟ ਮਿਕਸ ਕਹਿ ਲਈਏ ਜਾ ਟੌਪ ਸਟਾਰ ਕਹ ਲਈਏ ਤੁਸੀਂ ਇਹਨਾਂ ਨਾਵਾਂ ਨਾਲ ਜ਼ਿਆਦਾ ਜਾਣਦੇ ਉਹਨਾਂ ਦੇ ਟੈਕਨੀਕਲ ਨਾਵਾਂ ਨਾਲ ਥੋੜਾ ਸਮਝਣਾ ਮੁਸ਼ਕਲ ਹੋਵੇਗਾ ਉਹਨਾਂ ਚੋਂ ਕੋਈ ਵੀ ਦਵਾਈ ਹੈ ਤੇ ਸਟੀਕ ਕੰਮ ਨਹੀਂ ਕਰਦੀ ਪਈ ਤੇ ਪਰੇਸ਼ਾਨੀ ਦਾ ਸਬਬੇ ਬੂਟੀ ਕਿਉਂ ਬਣੀ ਹੈ ਜੀ ਇਹ ਜਿਹੜੇ ਖੱਤੇ ਵਿੱਚ ਜਾਂ ਜਿਹੜੀ ਟਿੱਬੀ ਤੇ ਬੂਟੀ ਹੁੰਦੀ ਹੈ ਨਾ ਉਥੇ ਝੋਨੇ ਦੇ ਬੂਟੇ ਪੂਰਾ ਵਿਕਾਸ ਨਹੀਂ ਕਰਦੇਗੇ ਤੇ ਸਭ ਤੋਂ ਪਹਿਲਾਂ ਤਾਂ ਸਮਝਣ ਵਾਲੀ ਗੱਲ ਇਹ ਹੈ ਜੀ ਝੋਨੇ ਦੇ ਬੂਟੇ ਪੂਰਨ ਤੌਰ ਤੇ ਵਿਕਾਸ ਕਿਉਂ ਨਹੀਂ ਕਰਦੇ ਜਾਂ ਪੂਰਾ ਵਿਕਾਸ ਕਉ ਨਹੀਂ ਕਰਦੇ ਜਿੱਥੇ ਬੂਟੀ ਹੁੰਦੀ ਹੈ ਜਾਂ ਜਿਹੜੇ ਕਿੱਲਾਂ ਚ ਬੂਟੀ ਹੁੰਦੀ ਹੈ ਜੀ ਇਹਦੇ ਮੈਂ ਤੁਹਾਨੂੰ ਦੋ ਕੁਦਰਤੀ ਗੁਣ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਜੀ ਸਭ ਤੋਂ ਪਹਿਲਾਂ ਕੁਦਰਤੀ ਗੁਣ ਹੈਗਾ ਜੀ ਇਹਦਾ ਇਹਦੇ ਵਿੱਚ ਇਹਦੇ ਪੱਤਿਆਂ ਦੇ ਵਿੱਚ ਝੋਨੇ ਦੇ ਬੂਟੇ ਦੇ ਪੱਤਿਆਂ ਦੇ ਨਾਲੋਂ ਕਰੀਬ-ਕਰੀਬ ਦੁੱਗਣੀ ਮਾਤਰਾ ਦੇ ਵਿੱਚ ਨਮੀ ਹੁੰਦੀ ਹੈ ਜ਼ਿਆਦਾ ਤੇ ਇਹ ਨਮੀ ਦੀ ਵਜ੍ਹਾ ਕਰਕੇ ਹੀ ਇਹ ਜਿਹੜਾ ਪੱਤਾ ਆ ਜਾਂ ਇਹ ਜਿਹੜੀ ਬੂਈਆਂ ਬਹੁਤ ਤੇਜ਼ੀ ਨਾਲ ਵਿਕਾਸ ਕਰਦੀ ਆ ਕਿਉਂਕਿ ਜਦੋਂ ਜਿਹੜੀ ਫਸਲ ਦੇ ਪੱਤੇ ਵਿੱਚ ਜਿੰਨੀ ਸ਼ਾਨਦਾਰ ਤਰੀਕੇ ਨਾਲ ਮੌਇਸਚਰ ਹੋਏਗਾ ਨਮੀ ਹੋਏਗੀ ਉਨਾਂ ਹੀ ਉਸ ਖਰਾ ਉਹ ਪੱਤੇ ਦੇ ਵਿੱਚ ਜਾਂ ਉਸ ਬੂਟੇ ਦੇ ਵਿੱਚ ਕਾਬਲੀਅਤ ਹੋਏਗੀ ਖਰਾਕ ਨੂੰ ਪ੍ਰਾਪਤ ਕਰਨ ਦੀ ਤੇ ਉਹਨੂੰ ਜਲਦੀ ਜਲਦੀ ਆਪਣੇ ਬਾਕੀ ਪੱਤਿਆਂ ਤੱਕ ਜਾਂ ਬਾਕੀ ਕੰਮਾਂ ਤੱਕ ਪਹੁੰਚਾਉਣ ਦੀ ਦੂਸਰੀ ਇਹਦੀ ਜਿਹੜੀ ਖੂਬੀ ਹੈਗੀ ਆ ਉਹ ਇਹ ਹੈ ਜੀ ਕਿ ਇਹ ਬਹੁਤ ਜ਼ਿਆਦਾ ਸੰਗਣੀ ਉਗਦੀ ਹੈ ਝੋਨੇ ਵਿੱਚ ਇਹਦੀ ਵਜ੍ਹਾ ਕਰਕੇ ਜੇ ਆਪਾਂ ਕਹੀਏ ਵੀ ਇਹਦੇ ਇਸ ਗੁਣ ਕਰਕੇ ਇਹ ਜਿਹੜੀ ਆਪਾਂ ਖਾਦ ਵਰਤਦੇ ਆ ਜਾਂ ਆਪਾਂ ਜੋ ਵੀ ਫਰਟੀਲਾਈਜ਼ਰ ਜਾਂ ਜੋ ਵੀ ਖਰਾਕੀ ਤਰਤ ਝੋਨੇ ਨੂੰ ਦੇਣ ਲਈ ਵਰਤਦੇ ਆ ਇਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਏ ਕਿ ਝੋਨੇ ਦੀਆਂ ਜੜ੍ਹਾਂ ਤੋਂ ਪਹਿਲਾਂ ਕਿਉਂਕਿ ਇਹਦੀਆਂ ਜੜ੍ਹਾਂ ਝੋਨੇ ਦੀਆਂ ਜੜ੍ਹਾਂ ਨਾਲੋਂ ਉੱਪਰ ਹੁੰਦੀਆਂ ਤੁਹਾਨੂੰ ਮੈਂ ਦਿਖਾਉਣਾ ਪੱਟ ਕੇ ਆ ਦੇਖੋ ਬਿਲਕੁਲ ਉੱਤੇ ਜਿਹੜਾ ਨਿਕਲਣੀਆਂ ਜੀ ਇਹਦੀਆਂ ਬਿਲਕੁਲ ਉੱਤੇ ਜੜ੍ਹਾਂ ਹੁੰਦੀਆਂ ਝੋਨੇ ਦੇ ਜੜ੍ਹਾਂ ਨਾਲੋਂ ਇਸ ਲਈ ਇਹਦੀਆਂ ਜੜ੍ਹਾਂ ਉਸ ਖਰਾਕੀ ਤੱਤ ਨੂੰ ਬਹੁਤ ਛੇਤੀ ਹਾਸਲ ਕਰ ਲੈਂਦੀਆਂ ਨੇ ਤੇ ਦੂਸਰਾ ਇਹਨੂੰ ਜਿਹੜਾ ਆਪਾਂ ਖਤਮ ਕਰਨ ਦੇ ਲਈ ਤਰੀਕਾ ਵਰਤਦੇ ਆ ਜੀ ਉਹ ਆਪਣਾ ਜਿਵੇਂ ਚੈਂਪੀਅਨ ਦਵਾਈ ਹੋ ਗਈ ਜਿਹਨੂੰ ਆਪਾਂ 240 ਸਾਲਟ ਜਾਂ ਜਿਹਦੇ ਵਿੱਚ ਮਨੀ ਸਾਲਟ ਹੁੰਦਾ ਉਹਦੀ ਵਰਤੋਂ ਕਰਦੇ ਆ ਉਹਦੇ ਨਾਲ ਕੀ ਹੁੰਦਾ ਵੀ ਆਪਣੇ ਝੋਨੇ ਦੇ ਖੜੋਤ ਆ ਜਾਂਦੀ ਆ ਝੋਨੇ ਦੇ ਬੂਝੇ ਬਹਿ ਜਾਂਦੇ ਆ ਪੱਤੇ ਚੌੜੇ ਜਿਹੇ ਹੋ ਜਾਂਦੇ ਆ ਕਈ ਥਾਵਾਂ ਤੇ ਜਿਆਦੀ ਵੱਜਣ ਨਾਲ ਆਪਣੀ ਫਸਲ ਦਾ ਨੁਕਸਾਨ ਵੀ ਹੋ ਜਾਂਦਾ ਤਾਂ ਬੜਾ ਇੱਕ ਕੁਐਸਚਨ ਇਹ ਬਣਿਆ ਹੋਇਆ ਵੀ ਅਸੀਂ ਇਸ ਬੂਟੀ ਦੀ ਜਿਹੜੀ ਰੋਕਥਾਮ ਕਿਵੇਂ ਕਰਨੀ ਆ ਜੀ ਦੋ ਤਿੰਨ ਤਰੀਕੇ ਤੁਹਾਡੇ ਨਾਲ ਮੈਂ ਸਾਂਝੇ ਕਰਾਂ ਜਾਗਾ ਜੀ ਪਹਿਲਾ ਸਭ ਤੋਂ ਪਹਿਲਾਂ ਵੀ ਕਦੂ ਦੇ ਸਮੇਂ ਆਪਾਂ ਇਸ ਬੂਟੀ ਦੀ ਰੋਕਥਾਮ ਕਿਵੇਂ ਕਰ ਸਕਦੇ ਆ ਜੀ ਇਹ ਇੱਕ ਤਰ੍ਹਾਂ ਦਾ ਮਹਿੰਗਾ ਤਰੀਕਾ ਜੀ ਪਰ ਇੱਕ ਪੱਕਾ ਇਲਾਜ ਹੈ ਇਹ ਸ਼ਰਤੀਆਂ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਵੀਰਾ ਭਰਾਵਾਂ ਨੇ ਅਜਮਾਇਆ ਹੋਇਆ ਵਾ ਕੱਦੂ ਕਰਨ ਲੱਗਿਆ ਅਸੀਂ ਇਸ ਚੀਜ਼ ਦੀ ਰੋਕத் ਥੰਮ ਕਿਵੇਂ ਕਰਨੀ ਹੈ ਜੀ ਜਦੋਂ ਅਸੀਂ ਜਿੰਨਾ ਜ਼ਮੀਨਾਂ ਵਿੱਚ ਕੱਦੂ ਨਹੀਂ ਨਾ ਜੰਮਦਾ ਉਹਨਾਂ ਜ਼ਮੀਨਾਂ ਦੀ ਮੈਂ ਗੱਲ ਕਰਦਾ ਜਿੰਨਾ ਜ਼ਮੀਨਾਂ ਵਿੱਚ ਕੱਦੂ ਜੰਮ ਜਾਂਦਾ ਜਲਦੀ ਜੰਮ ਜਾਂਦਾ ਦੋ ਦੋ ਤਿੰਨ ਤਿੰਨ ਦੇ ਵਿੱਚ ਹੀ ਜੰਮ ਜਾਂਦਾ ਉਹਨਾਂ ਜ਼ਮੀਨਾਂ ਦੀ ਮੈਂ ਗੱਲ ਨਹੀਂ ਕਰਦਾਗਾ ਜਿੰਨਾ ਜ਼ਮੀਨਾਂ ਵਿੱਚ ਕੱਦੂ ਘਟੋ ਘਟ ਹਫ਼ਤਾ ਇੱਕ ਨਹੀਂ ਜੰਮਦਾ ਨਾ ਉੱਥੇ ਇੱਕ ਬਹੁਤ ਵਧੀਆ ਹੱਲ ਹੈਗਾ ਜੀ ਕੱਦੂ ਮਾਰ ਕੇ ਇੱਕ ਹਫਤੇ ਲਈ ਛੱਡ ਦਿਓ ਉਸ ਤੋਂ ਬਾਅਦ ਉਸ ਕੱਦੂ ਦੇ ਵਿੱਚ ਪਾਣੀ ਨਹੀਂ ਸਕਾਉਣਾ ਇਹ ਮੇਰੀ ਰਿਕਵੈਸਟ ਹੈ ਜੇ ਤੁਸੀਂ ਉਸ ਖੱਤੇ ਚ ਪਾਣੀ ਸਕਾ ਦਿੱਤਾ ਨਾ ਤੁਹਾਡਾ ਜਿਹੜਾ ਇਹ ਤਰੀਕਾ ਹੈ ਬਿਲਕੁਲ ਫੇਲ ਹੋ ਜਾਏਗਾ ਜੀ ਇੱਕ ਹਫਤੇ ਬਾਅਦ ਉਸ ਕੱਦੂ ਦੇ ਵਿੱਚ ਤੁਸੀਂ ਹਲਕਾ ਜਿਹਾ ਸੁਭਾਗਾ ਮਾਰ ਦੇਣਾ ਬਿਲਕੁਲ ਹੌਲਾ ਸੁਭਾਗਾ ਲੈ ਕੇ ਭਾਰਾ ਸੁਭਾਗਾ ਨਹੀਂ ਮਾਰਨ ਦੀ ਲੋੜ ਹੈਗੀ ਟਿੱਬੀਆਂ ਬੰਨ ਜਾਣਗੀਆਂ ਬਿਲਕੁਲ ਹੌਲਾ ਸਵਾਗਾ ਲੈ ਕੇ ਮਾਰ ਦਿਓ 100% ਇਸ ਬੂੰਹ ਦਾ ਇਲਾਜ ਹੈ ਜੀ ਇਸ ਬੂੰਹ ਦਾ ਕੀ ਜਿਹੜਾ ਵੀ ਉੱਗਣ ਵਾਲਾ ਨਦੀਨ ਹੈ ਪੂਰਨ ਤੌਰ ਤੇ ਖਤਮ ਹੋ ਜਾਏਗਾ ਪਰ ਇਹ ਥੋੜੀ ਜੀ ਟੈਕਨੀਕ ਮਹਿੰਗੀ ਹੈ ਕਿਉਂਕਿ ਆਪਾਂ ਨੂੰ ਪਹਿਲਾਂ ਤਾਂ ਕੱਦੂ ਤੇ ਖਰਚਾ ਕਰਨਾ ਪੈਂਦਾ ਫਿਰ ਉਸ ਕੱਦੂ ਨੂੰ ਇੱਕ ਹਫਤਾ ਪਾਣੀ ਦੇਣਾ ਪੈਂਦਾ ਉਸ ਤੋਂ ਬਾਅਦ ਆਪਾਂ ਉਹਨੂੰ ਫਿਰ ਦੁਬਾਰਾ ਇੱਕ ਸਵਾਗਾ ਮਾਰਦੇ ਆ ਖਰਚਾ ਤਾਂ ਜ਼ਰੂਰ ਹੋਊਗਾ ਪਰ ਮੈਂ ਗਰੰਟੀ ਨਾਲ ਲਗੈਣਾ ਜੀ 100% ਕੋਈ ਵੀ ਦੁਨੀਆ ਦਾ ਨਦੀਨ ਸਵਾਈ ਡੀਲੇ ਤੋਂ ਜਿਹੜੀਆਂ ਜੜਾਂ ਜੁੰਗੀਆਂ ਹੁੰਦੀਆਂ ਝੋਨੇ ਵਿੱਚ ਉਗਣੀ ਸਕੇਗਾ ਤੁਹਾਡਾ तकरीबन ਜਿਹੜਾ 4-500 ਰੁਪਏ ਦਵਾਈ ਦਾ ਖਰਚਾ ਆਉਂਦਾ ਜੇ ਉਸੇ 3-400 ਰੁਪਏ ਦੇ ਨਾਲ ਤੁਸੀਂ ਕੱਦੂ ਮਾਰ ਲੈਨੇ ਤੇ ਬਿਲਕੁਲ ਆਸਾਨੀ ਨਾਲ ਇਹ ਚੀਜ਼ ਰੋਕੀ ਜਾ ਸਕਦੀ। ਦੂਸਰਾ ਜੇ ਨਹੀਂ ਕਰ ਸਕਦੇ ਕੀ ਤਾਂ ਫਿਰ ਇੱਕ ਕੀ ਹੱਲ ਹੈਗਾ ਆ ਕਿਉਂਕਿ ਟਿੱਬੀਆਂ ਦੇ ਵਿੱਚ ਹੁੰਦੀ ਆ ਜਿਹੜੇ ਖੱਤੇ ਵਿੱਚ ਤੁਹਾਡੇ ਟਿੱਬੀਆਂ 'ਚ ਥੋੜੀ ਆ ਨਾ ਇਸ ਤਰ੍ਹਾਂ ਮੈਂ ਇਹਨੂੰ ਪੈਰ ਦੇ ਨਾਲ ਮਸਲ ਰਿਹਾ ਜਿੱਦਨ ਤੁਸੀਂ ਗੰਦ ਕੱਢਣਾ ਅੱਜ ਅਸੀਂ ਗੰਦ ਕੱਟ ਕੇ ਹਟਈਆਂ ਦੇਖੋ ਇਸ ਤੋਂ ਪਹਿਲਾਂ ਅਸੀਂ ਮਸਲੀ ਹੋਈ ਆ ਕਾਫੀ ਹੱਦ ਤੱਕ ਇਹ ਟਿੱਬੀ ਮੈਂ ਛੱਡੀ ਸੀ ਵਿਖਾਉਣ ਦੇ ਲਈ ਇਸ ਨੂੰ ਤੁਸੀਂ ਮਸਲ ਦੇਣਾ ਹੁਣ ਇਹਦਾ ਜਿਹੜਾ ਪਹਿਲਾ ਕੁਦਰਤੀ ਗੁਣ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਇਹਦੇ ਵਿੱਚ ਮੌਇਸਚਰ ਦੀ ਮਾਤਰਾ ਬਹੁਤ ਜ਼ਿਆਦੀ ਹੁੰਦੀ ਹੈ ਤੇ ਜੜਾਂ ਇਹਦੀਆਂ ਉੱਤੇ ਹੁੰਦੀਆਂ ਨੇ ਦੂਸਰਾ ਗੁਣ ਇਹੀ ਗੋਣੇ ਦਾ ਔਗਣ ਬਣ ਜਾਂਦਾ ਜੀ ਜਦੋਂ ਆਪਾਂ ਇਸ ਬੂਟੀ ਨੂੰ ਪੈਰ ਨਾਲ ਮਸਲ ਦਿੰਨੇ ਨਾ ਇਹਦੇ ਜਿਹੜੇ ਟਾਣ ਹੈਗੇ ਆ ਜਾਂ ਬੱਤੇ ਹੈਗੇ ਟੁੱਟ ਜਾਂਦੇ ਆ ਜ਼ਖਮੀ ਹੋ ਜਾਂਦੇ ਆ ਤੇ ਇਹ ਇਸ ਤਰ੍ਹਾਂ ਪੈਰ ਨਾਲ ਮਾਰਨ ਨਾਲ ਇਹਦੀਆਂ ਜੜਾਂ ਉੱਤੇ ਹੋਣ ਕਰਕੇ ਪੱਟੀ ਜਾਂਦੀ ਆ ਜ਼ਮੀਨ ਚੋਂ ਤੇ ਇੱਕ ਵਾਰੀ ਪੱਟੇ ਜਾਣ ਤੋਂ ਬਾਅਦ ਇਹਦਾ ਵਿਕਾਸ ਘੱਟੋ ਘੱਟ 15 ਤੋਂ 20 ਦਿਨ ਤੱਕ ਰੁਕ ਜਾਂਦਾ ਜੀ ਅਗਰ ਇਹ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਜੜਾਂ ਲਾਏਗੀ ਵੀ ਨਾ ਤੇ ਬੂਟਾ ਜਿਹੜਾ ਝੋਨੇ ਦਾ ਉਹ ਪੂਰਨ ਤੌਰ ਤੇ ਤੇ ਸ਼ਾਂ ਕਰ ਜਾਏਗਾ ਤੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਬੰਦ ਹੋਣ ਕਰਕੇ ਇੱਕ ਇਸ ਬੂਟੀ ਦੀ ਇਹ ਬੂਟੀ ਆਪਣੇ ਆਪ ਹੀ ਖਤਮ ਹੋ ਜਾਏਗੀ ਦੂਸਰਾ ਜੇ ਤੁਹਾਡੇ ਖੇਤ ਵਿੱਚ ਇਹ ਬੂਟੀ ਜਿਆਦੀ ਆ ਆ ਦੇਖੋ ਅਸੀਂ ਪਹਿਲਾਂ ਆਲਰੇਡੀ ਇਹ ਮੈਂ ਤੁਹਾਨੂੰ ਦਿਖਾਉਣਾ ਪੈਰਾਂ ਦੇ ਨਾਲ ਅਸੀਂ ਇਹਨੂੰ ਮਸਲ ਚੁੱਕੇ ਆ ਤੇ ਜੇ ਤੁਹਾਡੇ ਖੇਤ ਵਿੱਚ ਜਿਆਦਾ ਹੀ ਫਿਰ ਤੁਹਾਨੂੰ ਮੈਂ ਇੱਕ ਅਜਾਰ ਦਿਖਾਉਣਾ ਹੈ ਵੈਸੇ ਤਾਂ థਾਈਲੈਂਡ ਜਾਂ ਇੰਡੋਨੇਸ਼ੀਆ ਜਾਂ ਹੋਰ ਵੀ ਦੇਸ਼ਾਂ ਦੇ ਵਿੱਚ ਜਿੱਥੇ ਪੌੜੀ ਨੁਮਾ ਖੇਤਾਂ ਦੇ ਵਿੱਚ ਖੇਤੀ ਹੁੰਦੀ ਹੈ ਨਾ ਉੱਥੇ ਕਿਸੇ ਵੀ ਹਾਈਬ੍ਰਿਡ ਸੀਡ ਦਾ ਵਰਤੋਂ ਕਰਨੀ ਬਹੁਤ ਜਿਆਦਾ ਮੁਸ਼ਕਲ ਹੁੰਦੀ ਆ ਕਿਉਂਕਿ ਪਹਾੜੀ ਇਲਾਕੇ ਹੁੰਦੇ ਆ ਤੁਸੀਂ ਦਵਾਈ ਪਾ ਕੇ ਨਿਕਲੇ ਨਹੀਂ ਖਤਰਵਾਰ ਦੀ ਤਮੀ ਆ ਗਿਆ ਤਾਂ ਦਵਾਈ ਬਹਿ ਜਾਂਦੀ ਆ ਤੇ ਇਸ ਲਈ ਉੱਥੇ ਇੱਕ ਅਜਾਰ ਯੂਜ਼ ਕੀਤਾ ਜਾਂਦਾ ਸਪੈਸ਼ਲੀ ਝੋਨੇ ਦੀ ਗੋਡੀ ਕਰਨ ਵਾਸਤੇ ਝੋਨੇ ਦੇ ਨਦੀਨਾਂ ਨੂੰ ਮਾਰਨ ਵਾਸਤੇ ਤਾਂ ਇਹਦਾ ਦੂਸਰਾ ਹੱਲ ਹੈਗਾ ਜੀ ਆ ਪੰਜਾ ਇਹ ਪੰਜਾ ਅਸੀਂ ਆਮ ਤੌਰ ਤੇ ਜਿਹੜੀ ਵਰਤੋਂ ਇਹਦੀ ਕਰਦੇ ਆਂ ਜੀ ਸਬਜ਼ੀ ਦੀ ਗੜਾਈ ਦੇ ਲਈ ਕਰਦੇ ਆਂ ਪਰ ਇਹ ਝੋਨੇ ਦੀ ਬੂਈ ਦੇ ਵੀ ਬਹੁਤ ਕੰਮ ਆਉਂਦਾ ਜੀ ਜੇ ਜਿਆਦਾ ਤਾਂ ਬੜੇ ਆਰਾਮ ਨਾਲ ਤੁਸੀਂ ਦੇਖੋ ਇਹ ਪੰਜੇ ਨਾਲ ਆਪਾਂ ਪੁੱਟ ਸਕਦੇ ਆਂ ਝੋਨੇ ਦੇ ਬੂਟੇ ਨੂੰ ਕੁਝ ਨਹੀਂ ਆਖੇਗਾ ਬੇਸ਼ੱਕੇ ਦੇ ਵਿੱਚ ਦੀ ਲੰਗਾ ਦਿਓ ਝੋਨੇ ਦਾ ਬੂਟਾ ਦੇਖੋ ਝੋਨੇ ਦੇ ਬੂਟੇ ਨੂੰ ਕੋਈ ਨੁਕਸਾਨ ਨਹੀਂ ਬੇਸ਼ੱਕੇ ਦੇ ਵਿੱਚ ਦੀ ਨਗਾ ਦਿਓ ਤਾਂ ਇਹ ਤਕਰੀਬਨ ਤਕਰੀਬਨ ਤੁਹਾਡੇ ਖੇਤ ਦੀ 70 ਤੋਂ 80% ਤੱਕ ਜਿਹੜੀ ਬੂਈਆਂ ਖਤਮ ਕਰ ਦੇਗਾ ਜੀ ਪਰ ਇਹ ਇਹ ਇਹਨਾਂ ਦੋਹਾਂ ਤਰੀਕਿਆਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰੀ ਹੈ ਜੀ ਤੁਹਾਡੇ ਖੇਤ ਵਿੱਚ ਪਾਣੀ ਦੀ ਮਾਤਰਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਹੋਣਾ ਤੁਹਾਡੇ ਖੇਤ ਵਿੱਚ ਬਹੁਤ ਜ਼ਰੂਰੀ ਹੈ ਅਗਰ ਪਾਣੀ ਨਹੀਂ ਹੈਗਾ ਜ਼ਮੀਨ ਕਰੜੀ ਆ ਤੁਸੀਂ ਆਸਾਨੀ ਨਾਲ ਪੈਰ ਨਹੀਂ ਚਲਾ ਸਕਦੇ ਤੁਸੀਂ ਆਸਾਨੀ ਨਾਲ ਇਸ ਪੰਜੇ ਦੀ ਵਰਤੋਂ ਨਹੀਂ ਕਰ ਸਕਦੇ ਦੂਸਰਾ ਇਸ ਤੋਂ ਅਗਲਾ ਇਲਾਜ ਜਿਹੜੇ ਆਪਾਂ ਵਰਤਦੇ ਪਏ 240 ਸਾਲਟ ਵਾਲਾ ਉਹ ਕਿਵੇਂ ਕੰਮ ਕਰਦਾ ਜੀ ਉਹਦੀ ਤੁਹਾਡੇ ਬਾਰੇ ਨਾਲ ਤੁਹਾਡੇ ਨਾਲ ਮੈਂ ਜ਼ਿਕਰ ਕਰਦਾ ਕਿਉਂਕਿ ਇਹਦੇ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਹੈ ਇਹਦਾ ਪੱਤਾ ਜਾਂ ਇਸ ਦੀ ਟਾਣੀ ਜਿਹੜਾ ਜਲਦੀ ਵਿਕਾਸ ਕਰਦੀ ਆ ਤਾਂ 240 ਜਿਹੜੇ ਵਿੱਚ ਜਿਹੜਾ ਇੱਕ ਸਾਲਟ ਵੀ ਸਾਲਟ ਵੀ ਲੂਣ ਵੀ ਪਾਇਆ ਜਾਂਦਾ ਉਹਦਾ ਕੰਮ ਇਹ ਹੁੰਦਾ ਜੀ ਉਹ ਲੂਣ ਜਦੋਂ 240 ਇਸ ਪੱਤੇ ਦੇ ਉੱਤੇ ਪੈਂਦੀ ਨਾ ਇਹਦੇ ਵਿੱਚ ਮੌਇਸਚਰ ਜ਼ਿਆਦਾ ਹੋਣ ਕਰਕੇ ਝੋਨੇ ਦੇ ਮੁਕਾਬਲੇ ਮੌਇਸਚਰ ਜ਼ਿਆਦਾ ਹੋਣ ਕਰਕੇ ਇਹਦਾ ਜਿਹੜਾ ਪੱਤਾ ਹੈ ਉਹ ਜਿਆਦਾ ਸੈਂਸਿਟਿਵ ਹੁੰਦਾ ਹੈ ਤੇ 24D ਇਹਨੂੰ ਜਿਆਦੀ ਛੇਤੀ ਜ਼ਖਮੀ ਕਰ ਦਿੰਦੀ ਹੈ ਦੀ ਪ੍ਰਕਾਸ਼ ਸੰਸਲੇਸ਼ਨ ਇਹਦੀ ক্লোਰੋਫਿਲ ਨੂੰ ਜਿਆਦੀ ਛੇਤੀ ਖਤਮ ਕਰਦੀ ਹੈ ਤਾਂ ਇਸ ਲਈ ਇਹ دب ਜਾਂਦੀ ਹੈ ਪਰ ਕਿਉਂਕਿ 24D ਇੱਕ ਐਸਾ ਸਾਲਟ ਹੈ ਜਿਹੜਾ ਕਿ ਦੁਨੀਆ ਤੇ ਪੈਦਾ ਹੋਈ ਹਰੇਕ ਉਹ ਚੀਜ਼ ਫਸਲ ਜਿਹਦੇ ਵਿੱਚ ক্লোਰੋਫਿਲ ਯੂਜ਼ ਹੁੰਦੀ ਹੈ ਜਾਂ ਜਿਹੜੇ ਜਿਹੜੇ ਪੱਤੇ ਵਿੱਚ ক্লোਰੋਫਿਲ ਆ ਉਹਨੂੰ ਖਤਮ ਕਰ ਦਿੰਦਾ ਤਾਂ ਇਸ ਲਈ ਝੋਨੇ ਦੇ ਵਿੱਚ ਵੀ ਆਪਣੇ ਖੜੌਤ ਆ ਜਾਂਦੀ ਆ ਆਪਾਂ ਨੂੰ ਕਈ ਵਾਰੀ ਦੁਬਾਰੇ ਖਾਦ ਪਾਉਣੀ ਪੈਂਦੀ ਆ ਸੋ ਉਹ ਇੱਕ ਟੈਕ ਇੱਕ ਕੈਮੀਕਲ ਸੋਲੂਸ਼ਨ ਹੈ ਉਹ ਉਦੋਂ ਕਰੋ ਜੀ ਜਦੋਂ ਤੁਹਾਡੇ ਹੱਥੋਂ ਵੱਸੋਂ ਬਾਹਰ ਹੋ ਗਿਆ ਜਿਹੜਾ ਇਹ ਤਰੀਕਾ ਹੈਗਾ ਜਿਵੇਂ ਕਿ ਅਸੀਂ ਅੱਜ ਆਪਣੇ ਖਾਇਤ ਦੇ ਵਿੱਚ ਗੜਾ ਗੰਧ ਕੱਢਦੇ ਆ ਨਦੀਦ ਕੱਢਦੇ ਆ ਨੇ ਵਰਤਿਆ ਹੈ ਤਾਂ ਇਸ ਤਰੀਕੇ ਨਾਲ ਕਿਉਂਕਿ ਪੂਰੇ ਕਿੱਲੇ ਦੇ ਵਿੱਚ ਨਹੀਂ ਹੁੰਦੀ ਕਦੀ ਵੀ ਤਿਰਬਾ ਕਰਕੇ ਵੇਖ ਲਓ ਟਿੱਬੀਆਂਆਂ ਦੇ ਵਿੱਚ ਹੁੰਦੀ ਆ ਤੁਸੀਂ ਆਸਾਨੀ ਨਾਲ ਪਛਾਣ ਕਰਕੇ ਇਹਨਾਂ ਟਿੱਬੀਆਂ ਦੀ ਤੁਸੀਂ ਪੈਰਾਂ ਨਾਲ ਇਹਨੂੰ ਮਸਲ ਸਕਦੇ ਹੋ ਪੰਜੇ ਨਾਲੇ ਨੂੰ ਮਸਰ ਸਕਦੇ ਹੋ ਜੇ ਪੰਜੂ ਨਹੀਂ ਹੈਗਾ ਤੇ ਤਰੰਗਲੀ ਲੈ ਲਓ ਤਰੰਗਲੀ ਵੀ ਚੋਨੇ ਦੇ ਬੂਟੇ ਦਾ ਕੁਝ ਨਹੀਂ ਕਰਦੀ ਜੀ ਸਗੋਂ ਗੋਡੀ ਦੇ ਕੰਮ ਆਉਂਦਾ ਜਦੋਂ ਤੁਸੀਂ ਚੋਨੇ ਦੀ ਪੰਜੂ ਜਾਂ ਤਰੰਗਲੀ ਜਾਂ ਪੈਰਾਂ ਨਾਲ ਗੋਡੀ ਕਰਦੇ ਹੋ ਬਹੁਤ ਵਧੀਆ ਸ਼ਾਨਦਾਰ ਬੂਟਾ ਬਣਦਾ ਹੈ ਜਿਹਨਾਂ ਦਾ ਜਿਆਦਾ ਵਿਕਾਸ ਹੁੰਦਾ ਹੈ ਤਾਂ ਇੱਕ ਤਰ੍ਹਾਂ ਨਾਲ ਇਹ ਰੂੜੀ ਵਿੱਚ ਵੀ ਤਬਦੀਲ ਹੋ ਜਾਂਦੀ ਪੱਟੇ ਜਾਣ ਤੋਂ ਬਾਅਦ ਤੇ ਇਹ ਇਹਦੇ ਦੋ ਤਰੀਕੇ ਜਿਹੜੇ ਦੇਸੀ ਤਰੀਕੇ ਨੇ ਜਿਨ੍ਹਾਂ ਵਿੱਚ ਜ਼ੀਰੋ ਕਾਸਟ ਹੈਗੀ ਆ ਜੇ ਆਪਾਂ ਲੇਬਰ ਦੀ ਗੱਲ ਕਰੀਏ ਤਾਂ ਲੇਬਰ ਵੀ ਆਪਣੀ ਓਨੀ ਨਹੀਂ ਲੱਗਦੀ ਜਿੰਨੀ ਆਪਣੀ ਸਪਰੇਅ ਲੱਗ ਜਾਂਦੀ ਹੈ ਜਾਂ ਜਿੰਨਾ ਨੁਕਸਾਨ ਆਪਾਂ ਸਪਰੇਅ ਕਰਨ ਲੱਗਿਆਂ ਟਾਂਡਿਆਂ ਦਾ ਕਰ ਲੈਨੇ ਆ ਜਾਂ ਜਿੰਨਾ ਨੁਕਸਾਨ ਸਪਰੇਅ ਆਪਣੇ ਝੋਨੇ ਦਾ ਖੜੋਤ ਕਰਕੇ ਕਰ ਦਿੰਦੀ ਆ ਜਾਂ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਫਰਟੀਲਾਈਜ਼ਰ ਯੂਜ਼ ਕਰਨਾ ਪੈਂਦਾ ਝੋਨੇ ਦਾ ਬੂਟਾ ਤੋੜਨ ਦੇ ਲਈ ਤਾਂ ਉਹਨਾਂ ਮਹਿੰਗਾ ਇਹ ਇਲਾਜ ਹੈ ਨੀਗਾ ਸੋ ਪਲੀਜ਼ ਇਸ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰੋ ਜਿੰਨਾ ਭਰਾਵਾਂ ਨੇ ਮੇਰੇ ਤੱਕ ਇਹ ਮੈਸੇਜ ਪਹੁੰਚਾਇਆ ਜੀ ਕੋਈ ਜਾਂ ਬੂਈ ਬਹੁਤ ਨੁਕਸਾਨ ਕਰਦੀ ਪਈ ਐ ਝੋਨੇ ਦਾ ਉਹ ਵੀਰ ਵੀ ਇਸ ਵੀਡੀਓ ਨੂੰ ਗੌਰ ਨਾਲ ਦੇਖਣ ਦੋਵੇਂ ਇਲਾਜਾਂ ਦੀ ਵਰਤੋਂ ਕਰਨ ਸਿਰਫ ਪਾਣੀ ਦੀ ਮਾਤਰਾ ਪੂਰੀ ਰੱਖਣੀ ਐ ਖੇਤ ਦੇ ਵਿੱਚ ਜਦੋਂ ਤੁਸੀਂ ਇਹਦਾ ਇਲਾਜ ਕਰਨਾ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜੱਟ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਜਿਹੜੀ ਕੈਮੀਕਲ ਖੇਤੀ ਐ ਉਹਦੇ ਤੋਂ ਬਚਾਅ ਕਰ ਸਕੀਏ ਤੇ ਆਪਦੀ ਆਉਣ ਵਾਲੀ ਪੀੜ੍ਹੀ ਦੇ ਲਈ ਕੋਈ ਸਿਰਜਣਾ ਜਿਹੜੀ ਆ ਭਵਿੱਖ ਦੀ ਚੰਗੇ ਰੂਪ ਵਿੱਚ ਕਰ ਸਕੀਏ ਥੈਂਕ ਯੂ ਜੀ